बड़े तंज कसदा ही बादलों से कि बादलों दियाँ जी पतीलों के फोटो आ गई भी हुण बुढ़ियां घुंड कढ़ के पतीला माज दिया करनगियां ते नाले विच ही बादल नूं माज देणगियां विच ढींडसे नूं माज देणगियां सुणाउंदा रहा ना इह बहुत इस तरह के चुटकले कहानियां हुण तेरियां फोटोआं पतीले छड्डो सी कहणा जिहड़ा टट्टी वाले डब्बियां ते भी आ गईआं ਉਹ ਕਿਹੜਾ ਥਾਂ ਹੈ ਕੱਲ ਹੀ ਮੈਂ ਵੀਡੀਓ ਦੇਖ ਰਿਹਾ ਸੀਗਾ ਆ ਜਿਹੜਾ ਜਹਾਜ਼ ਵਾਲਾ ਆਪਣਾ ਅੱਡਾ ਅੰਮ੍ਰਿਤਸਰ ਵਾਲਾ ਉਹ ਵਿੱਚੋਂ ਸਾਰਾ ਭਰਿਆ ਪਿਆ ਐਡ ਦੇ ਨਾਲ ਕੋਈ ਥਾਂ ਛੱਡੀ ਹੈ ਉਹ ਅੱਛਾ ਇਹ ਕੋਈ ਮੁਫਤ ਨਹੀਂ ਤੂੰ ਲਾ ਰਿਹਾ ਪੰਜਾਬ ਦਾ ਰੁਪਈਆ ਬਰਬਾਦ ਕਰਨਾ ਤੂੰ ਕਹਿੰਦਾ ਮੈਂ ਇੱਕ ਰੁਪਈਆ ਨਹੀਂ ਮੈਂ ਬਰਬਾਦ ਕਰਨਾ ਅਤੇ ਤੂੰ 800 ਕਰੋੜ ਰੁਪਈਆ ਇਕੱਲੀ ਐਡ 'ਤੇ ਇਕੱਲੀਆਂ ਫੋਟੋਆਂ ਲਾਉਣ 'ਤੇ ਇਕੱਲੇ ਚੈਨਲ ਖਰੀਦਣ 'ਤੇ ਮਸ਼ਹੂਰੀਆਂ ਦੇਣ 'ਤੇ ਰੱਖ ਲਿਆ ਉਹ ਕਿਹਦਾ ਪੈਸਾ ਭਾਈ ਤੂੰ ਇੰਨਾ ਪੈਸਾ ਬਰਬਾਦ ਕਰ ਰਿਹਾ ਤੂੰ ਤਾਂ ਪੰਜਾਬ ਦਾ ਪੈਸਾ ਮੈਂ ਵਾਰ ਵਾਰ ਸਵਾਲ ਮੇਰੇ ਉਹਦੇ ਵੀ ਇਹੀ ਸੀ ਤੂੰ ਇੱਕ ਗੇੜੇ ਦਾ ਕੇਜਰੀਵਾਲ ਨਾਲ ਜਾਂਦਾ ਕਿਸੇ ਸੂਬੇ 'ਚ ਪ੍ਰਚਾਰ ਕਰਨ ਲਈ ਪਾਰਟੀ ਦਾ 40 ਲੱਖ ਦਾ ਗੇੜਾ ਪੈ ਜਾਂਦਾ 10 ਲੱਖ ਖੜੇ ਜਹਾਜ਼ ਦਾ ਕਿਰਾਇਆ ਪੈ ਜਾਂਦਾ ਉਹਦਾ ਜਵਾਬ ਕੌਣ ਦੇਊਗਾ ਪਰ ਇਹ ਸਾਰੀਆਂ ਗੱਲਾਂ ਗਮਰਾਹ ਕਰਨ ਦੇ ਲਈ ਲੋਕਾਂ ਨੂੰ ਹੁਣ ਇਹ ਉੱਥੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਮਨਿੰਦਰ 1 ਤਰੀਕ ਨੂੰ ਇਹਨੇ ਫਿਰ ਡਰਾਮਾ ਪੂਰਾ ਕਰਨਾ ਸਾਰਾ ਆਪਣਾ ਬਕਾਊ ਕੌਲੀ ਚੱਟ ਮੀਡੀਆ ਲਿਆਉਣਾ ਨੇ ਉੱਥੇ ਉੱਥੇ ਫਿਰ ਇਹ ਲਲਕਾਰੇ ਮਾਰਨੇ ਆ ਵੀ ਆਹ ਦੇਖੋ ਜੀ ਅਸੀਂ ਆ ਗਏ ਹਾਂ ਇੱਥੇ ਬਾਦਲ ਨਹੀਂ ਆਏ ਇੱਥੇ ਕਾਂਗਰਸੀ ਨਹੀਂ ਆਏ ਇੱਥੇ ਬੀਜੇਪੀ ਵਾਲੇ ਨਹੀਂ ਆਏ ਇੱਥੇ ਫਲਾਣੇ ਨਹੀਂ ਆਏ ਢਿਮਕੇ ਨਹੀਂ ਆਏ ਮੈਂ ਪੁੱਛਣਾ ਚਾਹੁੰਦਾ ਯਾਰ ਉਹ ਤਾਂ ਲੋਕਾਂ ਨੇ ਨਕਾਰਤੇ ਅਮਰਿੰਦਰ ਤੂੰ ਆਮ ਤੌਰ 'ਤੇ ਮੇਰੇ ਵੀ ਸਵਾਲ ਉੱਠਦੇ ਆ ਮੇਰੇ 'ਤੇ ਵੀ ਯਾਰ ਤੂੰ ਕੌਣ ਹੈ ਤੂੰ ਸਵਾਲ ਕਿਵੇਂ ਕਰ ਸਕਦਾ ਹਾਂ ਇਹ ਸਵਾਲ ਕਰਨਾ ਸੀਗਾ ਵੀ ਹਾਂ ਲੱਖਾਂ ਹੋਏ ਤਾਂ ਲੱਖਾਂ ਸਧਾਣਾ ਵੀ ਲੱਖਾਂ ਸਧਾਣਾ ਕੀ ਹੈ ਨਾ ਕੋਈ ਮੰਤਰੀ ਹੈ ਨਾ ਸੰਤਰੀ ਹੈ ਵੀ ਇੱਕ ਬੰਦਾ ਉੱਠ ਕੇ ਆਏ ਤਾਂ ਹਰੇਕ ਬੰਦਾ ਹੀ ਉੱਠ ਕੇ ਕਹਿ ਦਿਆ ਕਰੂਗਾ ਜੀ ਮੈਂ ਮੋਦੀ ਨਾਲ ਬਹਿਸ ਕਰਨੀ ਹੈ ਐਂ ਉੱਠ ਕੇ ਕਰ ਭਗਵੰਤ ਮਾਨ ਵੀ ਤੂੰ ਕੌਣ ਹੈ ਲੱਖਾਂ ਸਧਾਣਾ ਕੀ ਹੈ ਚਲੋ ਅਸੀਂ ਕਹਿੰਦੇ ਹਾਂ ਇਹ ਪਹਿਲੀ ਗੱਲ ਤਾਂ ਇਹਦੀ ਕਰ ਲੈਂਦੇ ਹਾਂ ਇਹ ਖੁਦ ਕਹਿੰਦਾ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਜਵਾਬ ਦੇ ਹਾਂ ਮੈਂ ਕਿਸੇ ਹੋਰ ਬੰਦੇ ਨੂੰ ਜਵਾਬ ਨਹੀਂ ਦੇਣਾ ਤੁਸੀਂ ਸੁਣਿਆ ਹੋਣਾ ਪਿਛਲੇ ਸੈਸ਼ਨ ਦੇ ਵਿੱਚ ਖੈਰੇ ਨੂੰ ਬੋਲਦਾ ਹੁੰਦਾ ਕਿ ਤੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਕਹਿੰਦਾ ਨਾ ਐਂ ਕਹਿੰਦਾ ਜੇ ਮੈਂ ਇੰਨਾ ਹੰਕਾਰ ਇਹਦੇ ਧੌਣ 'ਚ ਕਿੱਲਾ ਹੈ ਨਾ ਇੰਨਾ ਹੰਕਾਰ 'ਚ ਬੋਲਦਾ ਬੰਦਾ ਕਿ ਤੇਰੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਮੈਂ ਫਿਰ ਤੂੰ ਜਵਾਬ ਦੇ ਵਿਰੋਧੀ ਧਿਰ ਨੂੰ ਵੀ ਨਹੀਂ ਹੈਗਾ ਅਤੇ ਜਵਾਬ ਦੇ ਤੂੰ ਲੋਕਾਂ ਨੂੰ ਵੀ ਹੈਗਾ ਅਤੇ ਜਵਾਬ ਤੂੰ ਉਹੀ ਗੱਲ ਜਿਵੇਂ ਮੋਦੀ ਮਨ ਕੀ ਬਾਤ ਹੀ ਸੁਣਾਈ ਜਾਂਦਾ ਆਪਦੇ ਦਿਲ ਦੀਆਂ ਹੀ ਸੁਣਾਈ ਜਾਂਦਾ ਆਪਦੀ ਭੜਾਸ ਕੱਢੀ ਜਾਂਦਾ ਉਹੀ ਕੰਮ ਇਹ ਕਰੀ ਜਾਂਦਾ ਤਾਂ ਫਿਰ ਆਪਣੇ ਮਨ ਦੀਆਂ ਹੀ ਕਰੀ ਜਾਂਦਾ ਲੋਕਾਂ ਨੇ ਚਲੋ ਮੰਨ ਲਓ ਦੂਜੀ ਗੱਲ ਅਸੀਂ ਕਹਿੰਦੇ ਹਾਂ ਸਾਡੇ ਚੱਲ ਭਾਈ ਨਹੀਂ ਅਸੀਂ ਤੇਰੇ ਮੁਕਾਬਲੇ ਤੂੰ ਬਹੁਤ ਵੱਡਾ ਮੁੱਖ ਮੰਤਰੀ ਹਾਂ ਪੰਜਾਬ ਦਾ ਅਸੀਂ ਕਾਮ ਬੰਦੇ ਹਾਂ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਦੇ ਅਸੀਂ 50,000 ਕਰੋੜ ਰੁਪਈਏ ਕਰਜ਼ੇ ਦੀ ਗੱਲ ਕੀਤੀ ਹੈ ਉਹ ਕਿੱਥੇ ਲੱਗਿਆ ਕਿਹੜੇ ਪੰਜਾਬ ਦੇ ਵਿਕਾਸ 'ਚ ਲੱਗਿਆ ਅਸੀਂ 800 ਕਰੋੜ ਦੇ ਮਸ਼ਹੂਰੀਆਂ ਦੀ ਗੱਲ ਕੀਤੀ ਹੈ ਅਸੀਂ ਕੇਜਰੀਵਾਲ ਨਾਲ ਜਦੋਂ ਪੈਸਾ ਬਰਬਾਦ ਕਰ ਰਹੇ ਹਾਂ ਉਹਦੀ ਗੱਲ ਕੀਤੀ ਹੈ ਅਸੀਂ ਨਸ਼ੇ ਦੀ ਗੱਲ ਕੀਤੀ ਹੈ ਕਿ ਨਸ਼ਾ ਤੇਰੇ ਰਾਜ ਦੇ ਵਿੱਚ ਕਈ ਗੁਣਾ ਵੱਧ ਗਿਆ ਕਿੰਨੇ ਮੁੰਡਿਆਂ ਦੀਆਂ ਰੋਜ਼ ਮੌਤਾਂ ਨੌਜਵਾਨਾਂ ਦੀਆਂ ਹੋ ਰਹੀਆਂ ਨੇ